ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਅਰਨਸ ਪੈਰਾਡਾਈਸ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਦੇਖਦੇ ਹਾਂ ਜੀ ਕਿ 1969 ਆਪਣੇ ਐਗਜ਼ਾਮੀਨੇਸ਼ਨ ਵਿਊ ਪੁਆਇੰਟ ਤੋਂ ਆਪਣੇ ਕਿੱਥੇ ਕਿੱਥੇ ਕੰਮ ਆ ਸਕਦਾ। ਪਹਿਲਾ ਈਵੈਂਟ 16 ਜੁਲਾਈ 1969 ਨੂੰ, ਉਸ ਸਮੇਂ ਕਾਂਗਰਸ ਦੀ ਸਰਕਾਰ ਸੀ, ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਅਤੇ ਡਿਪਟੀ PM ਸੀਗੇ ਮੁਰਾਰਜੀ ਦੇਸਾਈ ਤੋਂ ਫਾਈਨੈਂਸ ਮਿਨਿਸਟਰੀ ਲੈ ਲਈ ਸੀ ਧੱਕੇ ਨਾਲ ਇੰਦਰਾ ਗਾਂਧੀ ਨੇ। ਇਸ ਸਮੇਂ ਮੁਰਾਰਜੀ ਦੇਸਾਈ ਕੋਲ ਦੋ ਪੋਸਟਾਂ ਸੀ, ਇੱਕ ਉਹ ਫਾਈਨੈਂਸ ਮਿਨਿਸਟਰ ਸੀਗੇ, ਇੱਕ ਡਿਪਟੀ PM ਸੀ। ਇੰਦਰਾ ਗਾਂਧੀ ਨੇ ਧੱਕੇ ਨਾਲ ਮੁਰਾਰਜੀ ਦੇਸਾਈ ਤੋਂ ਫਾਈਨੈਂਸ ਮਿਨਿਸਟਰੀ ਆਪਣੇ ਅੰਡਰ ਲੈ ਲਈ ਸੀ, ਜਿਸ ਕਰਕੇ ਮੁਰਾਰਜੀ ਦੇਸਾਈ ਨੇ ਕੀ ਪਾਤਾ ਸੀ ਜੀ, ਰਿਜ਼ਾਈਨ ਪਾਤਾ ਸੀ। ਪਹਿਲਾ ਈਵੈਂਟ। ਦੂਸਰਾ 19 ਜੁਲਾਈ 1969, ਇੰਦਰਾ ਗਾਂਧੀ ਦੀ ਸਰਕਾਰ ਨੇ ਆਰਡੀਨੈਂਸ ਨਾਲ 14 ਬੈਂਕਾਂ ਨੂੰ ਸਰਕਾਰੀ ਘੋਸ਼ਿਤ ਕਰਤਾ ਸੀ, ਜਿਸ ਨੂੰ ਆਪਾਂ ਕਹਿੰਦੇ ਹਾਂ ਨੈਸ਼ਨਲਾਈਜੇਸ਼ਨ ਆਫ ਬੈਂਕਸ। 14 ਬੈਂਕਾਂ ਨੂੰ ਜੀ ਕੀ ਕਰਤਾ ਸੀ, ਨੈਸ਼ਨਲਾਈਜ਼ ਕਰਤਾ ਸੀ, ਸਰਕਾਰੀ ਘੋਸ਼ਿਤ ਕਰਤਾ ਸੀ। ਉਸ ਤੋਂ ਬਾਅਦ 20 ਜੁਲਾਈ 1969, ਬਹੁਤ ਇੰਪੋਰਟੈਂਟ ਈਵੈਂਟ ਹੈ ਜੀ, ਸਭ ਨੇ ਸੁਣਿਆ ਹੋਊਗਾ ਕਿ ਨਾਸਾ ਦਾ ਇੱਕ ਮਿਸ਼ਨ ਸੀ ਅਪੋਲੋ 11, ਜਿਸ ਦੇ ਵਿੱਚ ਨੀਲ ਆਰਮਸਟਰੋਂਗ ਚੰਦ 'ਤੇ ਪਹੁੰਚਣ ਵਾਲੇ ਪਹਿਲੇ ਇਨਸਾਨ ਬਣ ਗਏ ਸੀਗੇ ਜੀ। ਚੰਦ 'ਤੇ ਪਹੁੰਚਣ ਵਾਲੇ ਨੀਲ ਆਰਮਸਟਰੋਂਗ ਪਹਿਲੇ ਇਨਸਾਨ ਬਣ ਗਏ ਸੀ। ਮਿਸ਼ਨ ਦਾ ਨਾਮ ਸੀ ਅਪੋਲੋ 11। ਮਿਸ਼ਨ ਕਿਹੜੀ ਉਹਦਾ ਸੀ, ਏਜੰਸੀ ਦਾ? ਨਾਸਾ ਦਾ। ਨਾਸਾ ਇੱਕ ਸਪੇਸ ਏਜੰਸੀ ਹੈ ਜੀ USA ਦੀ, ਹੈ ਨਾ, ਨਾਸਾ ਸਪੇਸ ਏਜੰਸੀ ਹੈ USA ਦੀ। ਉਸ ਤੋਂ ਬਾਅਦ ਇੱਕ ਇੰਪੋਰਟੈਂਟ ਮਿਸ਼ਨ, ਆਹ ਈਵੈਂਟ ਹੋਰ ਜੀ, 15 ਅਗਸਤ 1969 ਨੂੰ ਇੰਡੀਆ ਦੇ ਵਿੱਚ, ਜਿਵੇਂ ਨਾਸਾ USA ਦੀ ਇੱਕ ਸਪੇਸ ਏਜੰਸੀ ਹੈ ਜੀ, ਉਵੇਂ ਹੀ ਇੰਡੀਆ ਦੇ ਵਿੱਚ ਇੱਕ ਸਪੇਸ ਏਜੰਸੀ ਬਣਾਈ ਗਈ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ, ਇਸਰੋ, ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਬਣਾਈ ਗਈ 15 ਅਗਸਤ 1969 ਨੂੰ। ਇਸਦੇ ਫਾਊਂਡਿੰਗ ਫਾਦਰ ਮੰਨੇ ਜਾਂਦੇ ਨੇ ਜੀ ਵਿਕਰਮ ਸਾਰਾਭਾਈ ਇਸਦੇ ਫਾਊਂਡਿੰਗ ਫਾਦਰ ਮੰਨੇ ਜਾਂਦੇ ਨੇ ਇਸਰੋ ਦੇ। ਇੱਕ ਹੋਰ ਵੱਡਾ ਈਵੈਂਟ, ਪਹਿਲਾ ਈਵੈਂਟ ਕਰ ਲਿਆ, ਦੂਸਰਾ ਈਵੈਂਟ ਇਹ ਹੈ, ਤੀਸਰਾ ਇਹ ਹੈ, ਚੌਥਾ ਅਤੇ ਪੰਜਵਾਂ ਇੱਕ ਹੋਰ ਇੰਪੋਰਟੈਂਟ ਈਵੈਂਟ, ਇੰਡੀਆ ਦੇ ਵਿੱਚ ਪਹਿਲਾ ਨਿਊਕਲੀਅਰ ਐਟੋਮਿਕ ਪਾਵਰ ਪਲਾਂਟ ਲਾਇਆ ਗਿਆ। ਕਿੱਥੇ ਲਾਇਆ ਗਿਆ ਜੀ? ਤਾਰਾਪੁਰ ਦੇ ਵਿੱਚ। ਤਾਰਾਪੁਰ ਕਿੱਥੇ ਹੈ ਮਹਾਰਾਸ਼ਟਰਾ ਦੇ ਵਿੱਚ ਇੰਡੀਆਸ ਫਸਟ ਨਿਊਕਲੀਅਰ ਪਾਵਰ ਪਲਾਂਟ, ਇੰਡੀਆ ਦਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਲਾਇਆ ਗਿਆ ਜੀ, ਕਿੱਥੇ? ਤਾਰਾਪੁਰ ਦੇ ਵਿੱਚ। 5 ਇੰਪੋਰਟੈਂਟ ਈਵੈਂਟ 1969 ਦੇ। ਪਹਿਲਾ 16 ਜੁਲਾਈ 1969 ਨੂੰ ਮੁਰਾਰਜੀ ਦੇਸਾਈ ਉਸ ਸਮੇਂ ਦੇ ਕੀ ਸੀਗੇ, ਡਿਪਟੀ PM ਸੀ। ਕਿਸ ਦੀ ਸਰਕਾਰ ਸੀ ਜੀ? ਇੰਦਰਾ ਗਾਂਧੀ ਦੀ ਸਰਕਾਰ ਸੀ, ਕਾਂਗਰਸ ਦੀ ਸਰਕਾਰ ਸੀ। ਉਸਦੇ ਵਿੱਚ ਇਹਨਾਂ ਤੋਂ ਧੱਕੇ ਨਾਲ ਫਾਈਨੈਂਸ ਮਿਨਿਸਟਰੀ ਇੰਦਰਾ ਗਾਂਧੀ ਨੇ ਆਪਣੇ ਅੰਡਰ ਲੈ ਲਈ ਸੀ, ਜਿਸ ਕਰਕੇ ਮੁਰਾਰਜੀ ਦੇਸਾਈ ਕੀ ਪਾ ਗਈ ਸੀ, ਰਿਜ਼ਾਈਨ ਪਾ ਗਈ ਸੀ। ਦੂਸਰਾ ਈਵੈਂਟ 19 ਜੁਲਾਈ 1969, ਜਿਹਦੇ ਵਿੱਚ ਕੀ ਕੀਤਾ ਗਿਆ ਸੀ, 14 ਬੈਂਕਾਂ ਨੂੰ ਸਰਕਾਰੀ ਘੋਸ਼ਿਤ ਕਰ ਦਿੱਤਾ ਗਿਆ ਸੀ ਇੱਕ ਆਰਡੀਨੈਂਸ ਨਾਲ। ਅਗਲਾ ਈਵੈਂਟ 20 ਜੁਲਾਈ 1969 ਨੂੰ ਜੀ, ਨਾਸਾ ਦਾ ਅਪੋਲੋ 11 ਮਿਸ਼ਨ ਕਿੱਥੇ ਪਹੁੰਚ ਗਿਆ ਸੀ, ਚੰਦ 'ਤੇ ਪਹੁੰਚ ਗਿਆ ਸੀ, ਅਤੇ ਇਹਦੇ ਨਾਲ ਅਮੈਰੀਕਾ ਇਹਦਾ ਪਹਿਲਾ ਦੇਸ਼ ਬਣ ਗਿਆ ਸੀ ਚੰਦ ਦੇ ਉੱਪਰ ਇਨਸਾਨ ਭੇਜਣ ਵਾਲਾ। ਉਸ ਇਨਸਾਨ ਦਾ ਨਾਮ ਕੀ ਹੈ ਜੀ? ਨੀਲ ਆਰਮਸਟਰੋਂਗ ਹੈ। ਇੱਕ ਇਹਨਾਂ ਦੇ ਨਾਲ ਹੋਰ ਇਨਸਾਨ ਸੀ ਬਜ਼ ਐਲਡ੍ਰਿਨ ਕਰਕੇ। ਚੌਥਾ ਈਵੈਂਟ 15 ਅਗਸਤ 1969 ਨੂੰ ਇੰਡੀਆ ਦੇ ਵਿੱਚ ਕੀ ਬਣਾਈ ਗਈ, ਇਸਰੋ ਫੋਰਮ ਕੀਤੀ ਗਈ, ਅਤੇ ਇਹਦੇ ਫਾਊਂਡਿੰਗ ਫਾਦਰ ਹੋ ਗਏ ਵਿਕਰਮ ਸਾਰਾਭਾਈ। ਪੰਜਵਾਂ ਈਵੈਂਟ ਕੀ ਹੈ ਜੀ, ਕਿ ਇੰਡੀਆ ਦੇ ਵਿੱਚ ਪਹਿਲਾ ਨਿਊਕਲੀਅਰ ਐਟੋਮਿਕ ਪਾਵਰ ਪਲਾਂਟ ਲਗਾਇਆ ਗਿਆ। ਇਹ 5 ਈਵੈਂਟ ਨੇ ਜੀ। ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ।
ਤੇ ਇਦਾਂ ਦੀਆਂ ਟ੍ਰਿਕਸ ਜਾਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਯੂਟਿਊਬ ਲਰਨਰਸ ਪੈਰਾਡਾਈਜ਼ ਫਾਜ਼ਿਲਕਾ ਨਾਲ ਤੁਸੀਂ ਜੁੜ ਸਕਦੇ ਹੋ। ਧੰਨਵਾਦ।